ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਮੇਰੇ ਵੀਰਾਂ ਤੇ ਭੈਣਾਂ ਦਾ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਮੇਰਾ ਨਾਮ ਜਨ ਸਿੰਘ ਬਾੜ ਤੇ ਤੁਸੀਂ ਦੇਖ ਰਹੇ ਹੋ ਫ੍ਰੈਂਚ ਖਬਰਾਂ ਪੰਜਾਬੀ ਦੇ ਵਿੱਚ। ਵੀਡੀਓ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖਿਓ। ਲਾਸਟ ਦੇ ਵਿੱਚ ਮੈਂ ਜ਼ਰੂਰੀ ਅਨਾਉਂਸਮੈਂਟ ਕਰਨੀ ਆ ਗਰੁੱਪਾਂ ਬਾਰੇ, ਕੰਮਾਂ ਬਾਰੇ ਤੇ ਘਰਾਂ ਬਾਰੇ ਜਿਨ੍ਹਾਂ ਨੂੰ ਕਿਰਾਏ ਦੇ ਉੱਪਰ ਮਕਾਨ ਚਾਹੀਦੇ ਨੇ। ਵੀਡੀਓ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖਿਓ, ਵਿੱਚ ਵੀ ਮੈਂ ਅਨਾਊਂਸ ਕਰ ਸਕਦਾ ਜਾਂ ਲਾਸਟ ਤੇ ਵੀ ਕਰ ਸਕਦਾ। ਇਸ ਕਰਕੇ ਵੀਡੀਓ ਕੰਟੀਨਿਊ ਸੁਣਿਓ। ਕਈ ਵਾਰੀ ਕੀ ਹੁੰਦਾ ਕਿ ਤੁਸੀਂ ਵੀਡੀਓ ਕੰਟੀਨਿਊ ਸੁਣਦੇ ਨਹੀਂ ਹੈਗੇ, ਵਿੱਚੋਂ ਅੱਗੇ ਨਗਾ ਨਗਾ ਕੇ ਦੇਖਦੇ ਰਹਿੰਦੇ ਹੋ, ਉਸ ਤੋਂ ਬਾਅਦ ਤੁਹਾਨੂੰ ਗੱਲ ਅੱਧੀ ਪਤਾ ਲੱਗਦੀ ਹੈ, ਉਸ ਤੋਂ ਬਾਅਦ ਤੁਸੀਂ ਮੈਨੂੰ ਕਾਲ ਲਾ ਕੇ ਉਹੀ ਗੱਲਾਂ ਜਿਹੜੀਆਂ ਕਿ ਵਾਰ ਵਾਰ ਰਿਪੀਟ ਕਰ ਰਹੇ ਹੋ। ਤੁਸੀਂ ਸਾਰੀ ਦਿਹਾੜੀ ਫਿਲਮਾਂ ਦੇਖਦੇ ਹੋ ਜਾਂ ਗਾਣੇ ਸੁਣਦੇ ਹੋ, ਤਾਂ ਆਹ 10 ਮਿੰਟ ਖਬਰਾਂ ਇੱਕ ਸਾਰ ਦੇਖ ਲਿਆ ਕਰੋ ਕੰਟੀਨਿਊ, ਤੁਹਾਨੂੰ ਪਤਾ ਲੱਗੂਗਾ ਕੁਛ ਨਾ ਕੁਛ। ਸਟੋਪ ਕੋਵਿਡ ਨਾਂ ਦੀ ਜਿਹੜੀ ਕਿ ਵਾਇਰਸ ਨੂੰ ਕੰਟਰੋਲ ਕਰਨ ਦੇ ਵਿੱਚ ਜਿਹੜੀ ਐਪਲੀਕੇਸ਼ਨ ਆ, ਉਹ 2 ਜੂਨ ਤੱਕ ਜਿਹੜੀ ਕਿ ਲਾਂਚ ਕਰ ਦੇਣੀ ਆ ਫਰਾਂਸ ਦੇ ਵਿੱਚ। ਐਪਲ ਸਟੋਰ ਦੇ ਵਿੱਚ ਵੀ ਆ ਜਾਣੀ ਆ ਤੇ ਪਲੇ ਸਟੋਰ ਦੇ ਵਿੱਚ ਵੀ ਆ ਜਾਣੀ ਆ। ਉਹ ਕੰਮ ਕਰੂਗੀ ਬਲੂਟੁੱਥ ਦੇ ਨਾਲ। ਜਿਹੜੀਆਂ ਹੁਣ ਉਹ ਐਪਲੀਕੇਸ਼ਨਾਂ ਪਈਆਂ ਨੇ, ਉਹ ਕਹਿੰਦੇ ਉਹ ਇੰਨਾ ਕੰਮ ਨਹੀਂ ਕਰਦੀਆਂ। ਜਿਹੜੀਆਂ ਇਹ ਐਪ ਤਿਆਰ ਹੋ ਰਹੀ ਆ, ਇਹ ਸਪੈਸ਼ਲ ਐਪਲੀਕੇਸ਼ਨ ਤਿਆਰ ਹੋ ਰਹੀ ਹੈ ਜਿਹੜੀ ਕਿ ਹਰ ਇੱਕ ਆਪਣੇ ਫੋਨ ਦੇ ਵਿੱਚ ਭਰੂਗਾ, ਤੇ ਉਹਨੂੰ ਵਾਇਰਸ ਵਾਲਾ ਜੇਕਰ ਕੋਈ ਵੀ ਇਨਸਾਨ ਉਹਨਾਂ ਦੇ ਕੋਲ ਦੀ ਲੰਘੂਗਾ, ਤੇ ਉਹਨੂੰ ਉਸੇ ਵੇਲੇ ਨੋਟੀਫਿਕੇਸ਼ਨ ਫੋਨ ਦੇ ਉੱਪਰ ਆਜੂਗੀ ਕਿ ਆਹ ਬੰਦਾ ਤੁਹਾਡੇ ਕੋਲ ਨਿਕਲ ਕੇ ਗਿਆ ਤੇ ਇਹਨੂੰ ਵਾਇਰਸ ਸੀਗਾ। ਵਲਦੂ ਮਾਰਨ ਏਰੀਏ ਦੇ ਵਿੱਚ ਤੇ ਵਿਤਰੀ ਸੁਰਸੈਨ ਤੇ ਈਵਰੀ ਏਰੀਏ ਦੇ ਵਿੱਚ ਔਰੇਂਜ ਕੰਪਨੀ ਦੀ ਟੈਲੀਫੋਨ, ਯਾਨੀ ਕਿ ਜਿਹੜੀ ਸਿਮਾਂ ਵਾਲੀ ਕੰਪਨੀ ਹੁੰਦੀ ਆ ਔਰੇਂਜ, ਉਹਦੀਆਂ ਕਿਸੇ ਨੇ ਤਾਰਾਂ ਕੱਟਤੀਆਂ ਸੀ ਤੇ ਮਿਲੀਅਨ ਦੇ ਹਿਸਾਬ ਦੇ ਨਾਲ ਗਾਹਕਾਂ ਦੇ ਜਿਹੜੇ ਕਿ ਇੰਟਰਨੈਟ ਟੈਲੀਫੋਨ ਬੰਦ ਸੀਗੇ, ਤੇ ਕਿਹੜੇ ਕਿਹੜੇ ਔਰੇਂਜ ਦੇ ਆਪਰੇਟਰ ਨੇ ਮੈਨੂੰ ਦੱਸਿਓ ਕਿਹੜੇ ਕਿਹੜੇ ਇਸ ਏਰੀਏ ਦੇ ਵਿੱਚ ਰਹਿੰਦੇ ਨੇ, ਕਿਉਂਕਿ ਬਹੁਤ ਜ਼ਿਆਦਾ ਇਹ ਖਬਰ ਵਾਇਰਲ ਹੋਈ ਹੈ। ਤੇ ਹੁਣ ਉਹ ਕਹਿੰਦੇ ਆ ਵੀ 7 ਮਈ ਤੱਕ, ਰਾਤ ਦੇ 11 ਵਜੇ ਤੱਕ ਜਿਹੜਾ ਕਿ ਇਹ ਠੀਕ ਕਰ ਦੇਣਾ ਸਾਰਾ, ਵੀ ਕੋਈ ਤਾਰਾਂ ਹੀ ਵੱਢ ਗਿਆ ਤੇ ਔਰੇਂਜ ਵਾਲਿਆਂ ਦੀ ਰੇਂਜ ਹੀ ਉੱਡ ਗਈ। RTP ਵਾਲੇ ਪੂਰੀ ਤਿਆਰੀ ਦੇ ਵਿੱਚ ਨੇ, ਟਰਾਂਸਪੋਰਟ ਵਾਲੇ, ਮੈਟਰੋ, SNCF, ਬੱਸਾਂ ਵਾਲੇ ਟੈਨਸ਼ਨ ਦੇ ਵਿੱਚ ਵੀ ਆ, ਹੈਗੇ ਆ ਥੋੜ੍ਹਾ ਜਿਹਾ ਘਬਰਾਏ ਹੋਏ ਵੀ ਆ ਵੀ ਕਿੱਦਾਂ ਜਿਹੜਾ ਕਿ ਕੰਟਰੋਲ ਕਰਾਂਗੇ। 11 ਮਈ ਨੂੰ ਜਿਹੜੀ ਕਿ ਭੀੜ ਟ੍ਰੇਨਾਂ ਦੇ ਵਿੱਚ ਵੱਧ ਜਾਣੀ ਆ, ਅਤੇ ਹੁਣ ਉਹਨਾਂ ਨੇ ਕਿਹਾ ਹੈ ਕਿ ਜਿਹੜੀਆਂ ਜਿੱਦਾਂ ਵੀ ਹੁਣ ਟ੍ਰੇਨ ਦੇ ਜਿੰਨੇ ਵੀ ਡੱਬੇ ਹੋਣਗੇ, ਉਹਨਾਂ ਦੇ ਮੂਹਰੇ ਇੱਕ ਇੱਕ ਅਫਸਰ ਖੜੂਗਾ ਕੰਟਰੋਲ ਵਾਲਾ, ਸਿਕਿਉਰਿਟੀ ਵਾਲਾ, ਅਤੇ ਉਹ ਉਨੇ ਡੱਬੇ ਦੇ ਵਿੱਚ ਬੰਦੇ ਵਾੜੂਗਾ ਜਿੰਨੇ ਵੜ ਸਕਦੇ ਹੋ। ਹਰ ਇੱਕ ਗਾਰ ਦੇ ਉੱਪਰ ਸ਼ਾਇਦ ਹੋ ਸਕਦਾ ਹੈ ਜਿਹੜੇ ਕਿ ਸਿਕਿਉਰਿਟੀ ਵਾਲੇ ਖੜਨ, ਅਤੇ ਜੇਕਰ ਮੇਰੇ ਵੀਰ ਜਿਹੜੇ ਡੰਡੇ ਟੱਪਦੇ ਹੁੰਦੇ ਸੀਗੇ, ਉਹ ਡੰਡੇ ਨਾ ਟੱਪਿਓ, 2-4 ਦਿਨ ਵੇਟ ਕਰ ਲਿਓ, ਦੇਖ ਲਿਓ ਕੀ ਮਾਹੌਲ ਆ, ਉਦੋਂ ਬਾਅਦ ਡੰਡੇ ਟੱਪਣੇ ਨਾ ਟੱਪਣੇ ਤੁਹਾਡੀ ਮਰਜ਼ੀ ਹੈ। ਇਹ ਨਾ ਹੋਵੇ ਵੀ ਤੁਸੀਂ ਡੰਡੇ ਟੱਪੋ 11 ਤਰੀਕ ਨੂੰ ਅਤੇ 11 ਤਰੀਕ ਨੂੰ ਤੁਸੀਂ ਤੁਹਾਨੂੰ ਫੜਿਆ ਹੋਵੇ, ਠੀਕ ਹੈ, ਉਧਰ ਪਹਿਲਾ ਦਿਨ ਕੰਮ 'ਤੇ ਹੋਵੇ ਤੁਹਾਡਾ, ਤਾਂ ਟਿਕਟ ਪਾ ਲਿਓ 2-4 ਯੂਰੋ ਦੀ, ਕੋਈ ਫਰਕ ਨਹੀਂ ਪੈਣ ਲੱਗਿਆ, ਰੰਗ ਢੰਗ ਦੇਖ ਲਿਓ। ਉਸ ਤੋਂ ਬਾਅਦ ਤੁਹਾਡੇ 'ਤੇ ਡਿਪੈਂਡ ਕਰਦਾ ਤੁਸੀਂ ਕਿੱਦਾਂ ਕਰਨੀ ਹੈ ਕਿੱਦਾਂ ਨਹੀਂ ਕਰਨੀ। ਕੋਈ ਮੇਰਾ ਵੀ ਡੰਡਾ ਟੱਪਣ ਦੀ ਕੋਸ਼ਿਸ਼ ਨਾ ਕਰੇ, ਕਿਉਂਕਿ ਉਹਦੇ ਕੰਟਰੋਲ ਬਹੁਤ ਹੋਣਾ ਆ। ਹਰ ਇੱਕ ਟ੍ਰੇਨ ਸਟੇਸ਼ਨ ਦੇ ਉੱਪਰ ਵਾਈਟ ਵਾਈਟ ਕਲਰ ਦੀਆਂ ਲਾਈਨਾਂ ਲਗਾ ਦਿੱਤੀਆਂ ਗਈਆਂ ਨੇ, ਅਤੇ ਵੱਡੇ ਜਿਹੜੇ ਗਾਰਾਂ ਪੈਂਦੀਆਂ ਨੇ ਉੱਥੇ ਗੋਲ ਵਾਈਟ ਕਲਰ ਦੇ ਸਰਕਲ ਮਾਰ ਦਿੱਤੇ ਗਏ ਨੇ ਕਿ ਉਹ 1-1 ਮੀਟਰ ਦੀ ਦੂਰੀ ਦਰਸਾਉਂਦੇ ਨੇ ਕਿ ਤੁਸੀਂ ਇਹਨਾਂ ਦੇ ਵਿੱਚ ਖੜ੍ਹ ਸਕਦੇ ਹੋ, ਅਤੇ ਯਾਨੀ ਕਿ ਕਿਸੇ ਦੇ ਲਾਗੇ ਨਹੀਂ ਖੜ੍ਹ ਸਕਦੇ। ਟ੍ਰੇਨਾਂ ਦੇ ਵਿੱਚ ਵੀ ਸੇਮ ਹੀ ਜਿਹੜਾ ਕਿ ਹੋ ਸਕਦਾ ਹੈ ਸਰਕਲ ਮਾਰਨ, ਜਿੱਦਾਂ ਕਿ ਪਹਿਲਾਂ ਟ੍ਰੇਨ ਦੇ ਵਿੱਚ 4-5 ਜਣੇ ਖੜ੍ਹ ਜਾਂਦੇ ਸੀਗੇ ਡੰਡੇ ਨੂੰ ਹੱਥ ਪਾ ਕੇ ਵਿਚਾਲੇ, ਹੁਣ ਉੱਥੇ ਮੇਰੇ ਸਾਹ ਨਾਲ 1-2 ਜਾਂ 3 ਜਣੇ ਯਾਨੀ ਕਿ 1 ਮੀਟਰ ਦੀ ਦੂਰੀ ਦੇ ਉੱਪਰ ਖੜ੍ਹਨਗੇ। ਇਸ ਚੀਜ਼ ਦਾ ਵੀ ਖਾਸ ਖਿਆਲ ਰੱਖਿਆ ਜਾਊਗਾ। ਅੱਜ ਬੱਸਾਂ ਵਾਲਿਆਂ ਦੀ ਵੀ ਮੀਟਿੰਗ ਹੋਈ ਸੀਗੀ, ਉਹਦੇ ਵਿੱਚ ਵੀ ਉਹ ਚਿੰਤਾ ਜ਼ਾਹਰ ਕਰ ਰਹੇ ਆ ਵੀ ਕਿੱਦਾਂ ਕਰਾਂਗੇ, ਕਿੱਦਾਂ ਹੋਊਗਾ। ਪਰ RTP ਵਾਲੇ ਇਹ ਵੀ ਦਾਅਵਾ ਕਰਦੇ ਆ ਵੀ ਜਿੱਥੇ ਪਹਿਲਾਂ 3 ਟ੍ਰੇਨਾਂ ਚੱਲਦੀਆਂ ਸੀ ਉੱਥੇ 4 ਚੱਲਣਗੀਆਂ, ਵੀ ਜਿਹੜੀ ਸਰਵਿਸ ਆ ਟ੍ਰੇਨਾਂ ਦੀ ਉਹ ਵਧਾ ਦਿੱਤੀ ਜਾਊਗੀ ਕਿ ਲੋਕਾਂ ਨੂੰ ਜਿਹੜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੰਗੀ ਨਾ ਆਵੇ। ਅਤੇ ਕੱਲ੍ਹ ਨੂੰ ਫਰਮੀਆ ਮਿਨਿਸਟਰ ਨੇ ਸ਼ਾਮਾਂ ਨੂੰ 4 ਵਜੇ ਇਦਰੋਦ ਫਿਲਿਪ ਨੇ ਨਵੇਂ ਐਲਾਨ ਕਰਨੇ ਆ, ਦੇਖੋ ਕੀ ਨਵੇਂ ਜਿਹੜੇ ਕਿ ਐਲਾਨ ਹੁੰਦੇ ਆ, ਜੋ ਵੀ ਚੇਂਜਿੰਗ, ਕਿਉਂਕਿ ਕੱਲ੍ਹ ਨੂੰ 7 ਮਈ ਹੈ। ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀਗਾ ਵੀ ਲਾਕਡਾਊਨ ਦਾ ਕੱਲ੍ਹ ਨੂੰ ਇਹਨਾਂ ਨੇ ਇੰਤਜ਼ਾਰ, ਯਾਨੀ ਕਿ ਇਹਨਾਂ ਨੇ ਸਾਰਾ ਨਿਚੋੜ ਕੱਢ ਦੇਣਾ ਆ ਵੀ ਖੋਲ੍ਹਣਾ 11 ਤਰੀਕ ਨੂੰ ਜਾਂ ਨਹੀਂ ਖੋਲ੍ਹਣਾ। ਫਿਲਹਾਲ ਤਾਂ ਖੋਲ੍ਹਣਾ ਹੀ ਖੋਲ੍ਹਣਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਪਰ ਫਿਰ ਵੀ ਜੋ ਵੀ ਕੋਈ ਗੱਲਬਾਤ ਹੋਈ, ਕਲੀਅਰ ਕਰਨ ਵਾਲੀ ਹੋਈਆਂ ਗੱਲਾਂ ਵੀ ਕਿਹੜੇ ਕਿਹੜੇ ਏਰੀਏ ਰੈੱਡ ਜ਼ੋਨ ਵਾਲੇ ਖੁੱਲ੍ਹਣਗੇ, ਕਿਹੜੇ ਗ੍ਰੀਨ ਜ਼ੋਨ ਵਾਲੇ ਏਰੀਏ ਖੁੱਲ੍ਹਣਗੇ, ਜਾਂ ਕਿਹੜੇ ਕਿਹੜੇ ਗੱਲਾਂ ਦਾ ਧਿਆਨ ਰੱਖਣਾ ਪੈਣਾ, ਕਿਹੜੇ ਨਵੇਂ ਐਲਾਨ ਨੇ, ਕੱਲ੍ਹ ਸ਼ਾਮੀ 4 ਵਜੇ ਪਤਾ ਲੱਗੂਗਾ, ਅਤੇ ਰਾਤ ਨੂੰ ਤੁਹਾਨੂੰ ਖਬਰਾਂ ਦੇ ਵਿੱਚ ਮੈਂ ਦੱਸ ਦੂੰਗਾ। ਇੱਕ ਹੋਰ ਹਾਸੇ ਵਾਲੀ ਗੱਲ ਆ ਵੀ 2.5 ਕਿਲੋ ਭਾਰ ਹਰ ਇੱਕ ਇਨਸਾਨ ਦਾ ਵਧਿਆ। ਇੱਕ ਇਹਨਾਂ ਨੇ ਸਰਵੇ ਕੀਤਾ ਆ ਕਿ ਲੋਕਡਾਊਨ ਦੇ ਵਿੱਚ ਘਰਾਂ ਦੇ ਵਿੱਚ ਰਹਿਣ ਦੇ ਨਾਲ ਹਰ ਇੱਕ ਇਨਸਾਨ ਦਾ 2.5 ਕਿਲੋ ਭਾਰ ਵਧਿਆ। ਮੇਰਾ ਵੀ 2.5-3 ਕਿਲੋ ਭਾਰ ਵਧ ਗਿਆ ਹੋਣਾ ਆ, ਤੁਸੀਂ ਵੀ ਕਮੈਂਟ ਦੇ ਵਿੱਚ ਦੱਸਿਓ ਵੀ ਕਿੰਨਾ ਕੁ ਭਾਰ ਤੁਹਾਡਾ ਵਧਿਆ ਆ। ਅਤੇ ਕਹਿੰਦੇ 30% ਜਿਹੜੇ ਕਿ ਲੋਕ ਆ ਉਹ ਭਾਰ ਘਟਾਉਣਾ ਚਾਹੁੰਦੇ ਆ, 29% ਲੋਕਾਂ ਦਾ ਭਾਰ ਘਟਿਆ ਆ ਇਸ ਲੋਕਡਾਊਨ ਦੇ ਵਿੱਚ ਫਿਗਰਾਂ ਦਾ ਕਰਕੇ, ਜਾਂ ਜਿਹਨਾਂ ਨੂੰ ਖੁਰਾਕ ਲੱਗੀ ਨਹੀਂ, ਵੀ ਖੁਰਾਕ ਖਾਧੀ ਵੀ ਹੈ ਅਤੇ ਲੱਗੀ ਨਹੀਂ ਉਹਨਾਂ ਨੂੰ, ਅਤੇ 57% ਲੋਕਾਂ ਦਾ ਭਾਰ ਵਧਿਆ ਆ ਇਸ ਲੋਕਡਾਊਨ ਦੇ ਵਿੱਚ। ਅਤੇ ਤੁਹਾਡਾ ਵਧਿਆ ਕਿ ਨਹੀਂ ਵਧਿਆ ਕਮੈਂਟ ਕਰਕੇ ਜ਼ਰੂਰ ਦੱਸਿਓ।
ਜੇਕਰ ਕਿਸੇ ਵੀਰ ਨੇ ਪ੍ਰਫੈਕਚਰ ਦੀ ਰੰਦੇਬੂ ਲੈਣੀ ਹੋਵੇ, ਸਕਰੀਨ ਦੇ ਉੱਪਰ ਵੀਰ ਦਾ ਨੰਬਰ ਲਿਖਿਆ ਹੋਇਆ ਆ ਰਿਹਾ ਆ, ਉਬਰ ਵਿਲੀਏ ਵੀਰ ਰਹਿੰਦਾ ਆ, ਕਿਸੇ ਨੇ ਪ੍ਰਫੈਕਚਰ ਦੀ ਰੰਦੇਬੂ ਲੈਣੀ ਆ, ਚਾਹੇ ਆਪਣੇ ਡਾਕੂਮੈਂਟ ਸਿੱਧੇ ਕਰਵਾਉਣੇ ਆ, ਕਹਿੰਦਾ ਮਤਲਬ ਕਿ ਪ੍ਰਫੈਕਚਰ ਦੀ ਫਾਈਲ ਤਿਆਰ ਕਰਵਾਉਣੀ ਹੈ, ਪੇਪਰ ਤੁਸੀਂ ਦਿਮਾਂਦੇ ਕਰ ਰਹੇ, ਜਾਂ ਪ੍ਰਫੈਕਚਰ ਦੀ ਪਹਿਲੀ ਰੰਦੇਬੂ ਲੈਣੀ ਆ, ਜਾਂ ਤੁਹਾਡੇ ਕੋਲ ਲਾ ਪੋਸਟ ਦਾ ਤੁਸੀਂ ਅਕਾਊਂਟ ਖੁਲਵਾਉਣਾ ਆ, ਤੁਹਾਡੇ ਕੋਲ ਇੰਡੀਅਨ ਪਾਸਪੋਰਟ ਹੈਗਾ ਆ, ਵੈਲਿਡ ਚਾਹੀਦਾ ਪਾਸਪੋਰਟ, ਡੋਮੀਸਾਈਲ ਤੁਹਾਡੇ ਕੋਲ ਹੋਵੇ, ਤੁਸੀਂ ਤੁਹਾਡੇ ਕੋਲ ਇੰਪੂ ਵਾਲਾ ਪੇਪਰ ਹੋਣਾ ਚਾਹੀਦਾ, ਤੁਸੀਂ ਜੇਕਰ ਲਾ ਪੋਸਟ ਦੀ ਅਕਾਊਂਟ ਖੁਲਵਾਉਣਾ ਚਾਹੁੰਦੇ ਹੋ, ਤੁਸੀਂ ਰੰਦੇਵੂ ਲੈਣੀ ਚਾਹੁੰਦੇ ਹੋ, ਤੁਸੀਂ ਚਾਹੇ ਕਿਸੇ ਵੀ ਏਰੀਏ ਦੇ ਵਿੱਚ ਰਹਿੰਦੇ ਹੋ, ਸਕਰੀਨ ਦੇ ਉੱਪਰ ਜਿਹੜਾ ਨੰਬਰ ਲਿਖਿਆ ਵਾ ਤੁਸੀਂ ਇਹਦੇ 'ਤੇ ਕਾਲ ਕਰਕੇ, ਪਰ ਜਿਹੜੀ ਇਸ ਨੰਬਰ ਦੇ ਉੱਪਰ ਕਾਲ ਕਰਨੀ ਹੈ ਸ਼ਾਮ ਨੂੰ 4 ਵਜੇ ਤੋਂ ਬਾਅਦ ਵਟਸਐਪ ਕਰਨਾ ਇਸ ਨੰਬਰ ਦੇ ਉੱਪਰ, ਡਾਇਰੈਕਟ ਕਾਲ ਨਹੀਂ ਕਰਨੀ, ਨਹੀਂ ਡਾਇਰੈਕਟ ਕਾਲ ਵੀਰ ਨੇ ਚੱਕਣੀ ਨਹੀਂ ਹੈਗੀ। ਅਤੇ ਜੇਕਰ ਕਿਸੇ ਨੇ ਕਾਫ ਕਿਸੇ ਦਾ ਬੰਦ ਹੋਇਆ ਵਾ, ਕਿਸੇ ਨੇ ਕਾਫ ਅਪਲਾਈ ਕਰਨਾ, ਉਹ ਵੀ ਸੰਪਰਕ ਕਰ ਸਕਦਾ, ਕਿਸੇ ਨੇ ਐਮਪੂ ਦਾ ਪੇਪਰ ਭਰਾਉਣਾ ਉਹ ਵੀ ਸੰਪਰਕ ਕਰ ਸਕਦਾ ਆ, ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਫਾਈਲ ਤਿਆਰ ਕਰਵਾਉਣੀ ਹੋਵੇ, ਈਵਨ ਕਿ ਜੇਕਰ ਕਿਸੇ ਨੇ ਆਪਣੇ ਨਾਲ ਪ੍ਰਫੈਕਚਰ ਦੇ ਵਿੱਚ ਰੰਦੇ ਬੂਹ ਦੇ ਉੱਪਰ ਨਾਲ ਫਰੈਂਚ ਵਾਸਤੇ ਲੈ ਕੇ ਜਾਣਾ ਹੋਵੇ, ਤਾਂ ਉਹ ਵੀ ਤੁਸੀਂ ਪੁੱਛ ਲਿਓ ਭਾਅ ਜੀ ਉਹਨਾਂ ਤੋਂ ਕਿੰਨੀ ਫੀਸ ਲੈਂਦੇ, ਤੁਸੀਂ ਜਿਹੜਾ ਕਿ ਨਾਲ ਲਿਜਾ ਸਕਦੇ ਹੋ ਟਰਾਂਸਲੇਟ ਵਾਸਤੇ ਵੀ। ਅਤੇ ਵੀਰ ਵੀ ਇੱਕ ਸੇਵਾ ਹੀ ਕਰ ਰਿਹਾ, ਜਿਹੜੀ ਕਿ ਫਾਈਲ ਇੰਡੀਅਨ ਪਾਸਪੋਰਟ ਜੇਕਰ ਕਿਸੇ ਨੇ ਤਿਆਰ ਕਰਨਾ ਤਾਂ 20-30 ਯੂਰੋ ਦੇ ਵਿੱਚ ਕਰਦੇ, ਬਾਕੀ ਤੁਸੀਂ ਆਪਣੇ ਹਿਸਾਬ ਦੇ ਨਾਲ ਗੱਲਬਾਤ ਕਰ ਲਿਓ ਜਿੱਦਾਂ ਵੀ ਕਰਨੀ, ਕਿਉਂਕਿ ਉਹ ਵੀ ਸੇਵਾ ਹੀ ਸਟਾਰਟ ਕੀਤੀ ਹੈ ਵੀ ਸ਼ਾਮੀ ਮੈਂ ਕੰਮ ਤੋਂ ਆ ਕੇ ਜਿਹੜਾ ਲੋਕਾਂ ਦਾ ਫਾਇਦਾ ਕਰਿਆ ਕਰਾਂਗੇ, ਵੀ ਜੋ ਵੀ ਅਰਨਿੰਗ ਹੋਇਆ ਕਰੂਗੀ ਉਹ ਆਪਾਂ ਜਿਹੜਾ ਕਿ ਡੋਨੇਟ ਕਰਦਿਆ ਕਰਨਾ ਇੰਡੀਆ, ਕਿਉਂਕਿ ਭਾਅ ਜੀ ਬਹੁਤ ਵਧੀਆ ਕੰਮ ਦੇ ਉੱਪਰ ਲੱਗੇ ਹੋਏ ਆ, ਉਹ ਕਹਿੰਦੇ ਮੈਨੂੰ ਪੈਸੇ ਦਾ ਨਹੀਂ ਹੈਗਾ, ਚਲੋ ਵੀ ਇਹ ਆ ਵੀ ਮੈਂ ਸ਼ਾਮ ਨੂੰ ਜੇ ਪਾਰਟ ਟਾਈਮ ਕਰੂੰਗਾ ਤੇ ਜਿੰਨਾ ਵੀ ਮੈਨੂੰ ਬਣੂਗਾ ਕੁਛ ਵੀ ਦਾਣ ਪਾਣੀ, ਤੇ ਉਹ ਜਿਹੜਾ ਕਿ ਮੈਂ ਡੋਨੇਟ ਕਰਦਿਆ ਕਰੂੰਗਾ। ਯੂਕੇ ਦੇ ਵਿੱਚ 30,000 ਤੋਂ ਵੱਧ ਜਿਹੜੀਆਂ ਕਿ ਮੌਤਾਂ ਦਾ ਅੰਕੜਾ ਪਾਰ ਕਰ ਚੁੱਕਿਆ ਹੈ, ਯੂਰਪ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਮੌਤਾਂ ਆ ਉਹ ਯੂਕੇ ਦੇ ਵਿੱਚ ਹੋਈਆਂ ਨੇ। ਇਜ਼ਰਾਈਲ ਵਾਲਿਆਂ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਟੀਕਾ ਬਣਾ ਲਿਆ ਆ, ਐਂਟੀਬਾਇਓਟਿਕ ਵੀ ਜਿਹੜਾ ਕਰੋਨਾ ਵਾਇਰਸ ਦਾ ਖਾਤਮਾ ਕਰਦਾ ਆ, ਉਹ ਇੱਕ ਤਰ੍ਹਾਂ ਦਾ ਇੱਕ ਪ੍ਰੋਟੀਨ ਬਣਾਇਆ ਉਹਨਾਂ ਨੇ, ਅਤੇ ਵੀ ਉਹ ਜਿਹੜਾ ਕਰੋਨਾ ਵਾਇਰਸ ਜਦੋਂ ਉਹ ਟੀਕਾ ਸਰੀਰ ਦੇ ਵਿੱਚ ਜਾਂਦਾ ਤਾਂ ਉਹ ਕਰੋਨਾ ਵਾਇਰਸ ਯਾਨੀ ਕਿ ਆਪਣੇ ਸਰੀਰ ਦੇ ਨਾਲ ਅੰਦਰ ਜਾ ਕੇ ਚਿਪਕ ਜਾਂਦਾ, ਅਤੇ ਕਾਫੀ ਹੱਦ ਤੱਕ ਜਿਹੜਾ ਕਿ ਉਸਦਾ ਮਦਦਗਾਰ ਆ ਉਹ। ਅਤੇ ਸਕਰੀਨ ਦੇ ਉੱਪਰ ਜਿਹੜਾ ਕਿ ਸਕਰੀਨਸ਼ੋਟ ਆ ਰਿਹਾ ਆ ਟਵਿੱਟਰ ਦਾ, ਉੱਥੋਂ ਦੇ ਰੱਖਿਆ ਮੰਤਰੀ ਇਜ਼ਰਾਈਲ ਵਾਲੇ ਨੇ ਟਵੀਟ ਕਰਕੇ ਦੱਸਿਆ ਆ ਕਿ ਅਸੀਂ ਜਿਹੜਾ ਕਿ ਟੀਕਾ ਲੱਭ ਲਿਆ, ਅਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹਦੀ ਆ ਬਣਾਉਣਾ ਸਟਾਰਟ ਕਰ ਦੇਣਾ ਆ ਵੱਡੇ ਲੈਵਲ ਦੇ ਉੱਪਰ। ਅਤੇ ਫਰਾਂਸ ਦੇ ਵਿੱਚ 278 ਅੱਜ ਮੌਤਾਂ ਹੋਈਆਂ ਨੇ, 4,183 ਨਵੇਂ ਕੇਸ ਸਾਹਮਣੇ ਆਏ ਨੇ, 1,236 ਜਿਹੜੇ ਕਿ ਲੋਕ ਠੀਕ ਹੋਏ ਨੇ ਅੱਜ। ਬਾਕੀ ਬਹੁਤ ਸਾਰੀਆਂ ਕੰਟਰੀਆਂ ਜਿੱਦਾਂ ਕਿ ਪਹਿਲਾਂ ਯੂਕੇ ਨੇ ਵੀ ਦਾਅਵਾ ਕੀਤਾ ਸੀਗਾ, ਐਕਸਫੋਰਡ ਯੂਨੀਵਰਸਿਟੀ ਨੇ ਕਿ ਅਸੀਂ ਟੀਕਾ ਬਣਾ ਲਿਆ ਉੱਥੋਂ ਦੇ ਯੂਨੀਵਰਸਿਟੀ ਨੇ, ਜਿੱਦਾਂ ਕਿ ਫਰਾਂਸ ਵਾਲਿਆਂ ਨੇ ਵੀ ਕਿਹਾ ਸੀਗਾ, ਉਦੋਂ ਮੈਂ ਵੀ ਵੀਡੀਓ ਪਾਈ ਸੀ, ਵੀਡੀਓ ਚੱਲੀ ਬਹੁਤ ਸੀਗੀ ਉਦੋਂ ਕਿ ਸਨੋਫੀ ਵਾਲਿਆਂ ਨੇ ਦਵਾਈ ਲੱਭ ਲਈ, ਕਿਉਂਕਿ ਹਰ ਇੱਕ ਕੰਟਰੀ ਦਾਅਵੇ ਕਰ ਰਹੀ ਆ, ਹਜੇ ਪਤਾ ਨਹੀਂ ਕਿਹਦਾ ਸਿੱਧਾ ਪੈਂਤਰਾ ਪੈਣਾ, ਕਿਹਨੇ ਦਵਾਈ ਲੱਭਣੀ ਆ ਕਿਹਨੇ ਨਹੀਂ ਲੱਭਣੀ। ਥੋੜ੍ਹੇ ਦਿਨ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਾਵਾਸਾਖੀ ਬਿਮਾਰੀ ਬਾਰੇ ਕਿ ਜਿਹੜੀ ਬੱਚਿਆਂ ਨੂੰ ਫੈਲ ਰਹੀ ਆ, ਅਮੈਰੀਕਾ ਦੇ ਵਿੱਚ ਨਿਊਯਾਰਕ ਦੇ ਵਿੱਚ 15 ਬੱਚਿਆਂ ਦੇ ਵਿੱਚ ਲੱਛਣ ਪਾਏ ਗਏ ਨੇ ਕਾਵਾਸਾਖੀ ਵਾਇਰਸ ਦੇ, ਬੱਚਿਆਂ ਦੀ ਉਮਰ 2 ਸਾਲ ਤੋਂ ਲੈ ਕੇ 15 ਸਾਲ ਤੱਕ ਦੇ ਬੱਚੇ ਨੇ। ਅਤੇ ਜਿਹੜੀ ਇਹ ਬਿਮਾਰੀ ਹੈ, ਜਿਹੜੇ ਮੇਰੇ ਵੀਰਾਂ ਨੂੰ ਨਹੀਂ ਪਤਾ, ਮੈਂ ਦੱਸ ਦੇਵਾਂ ਚਾਹਵਾਂ ਕਿ ਇਸ ਬਿਮਾਰੀ ਦੇ ਨਾਲ ਤੁਹਾਡੇ ਬੱਚਿਆਂ ਦੇ ਸਰੀਰ ਦੇ ਉੱਪਰ ਲਾਲ ਰੰਗ ਦੇ ਧੱਫੜ ਹੋ ਜਾਂਦੇ ਨੇ, ਤੇਜ਼ ਬੁਖਾਰ, ਪੇਟ ਦਰਦ ਸ਼ੁਰੂ ਹੋ ਜਾਂਦਾ ਆ। ਅਤੇ ਇਹ ਜਿਹੜੀ ਬਿਮਾਰੀ ਹੈ ਇਹ ਕਰੋਨਾ ਵਾਇਰਸ ਵਾਲੇ ਮਰੀਜ਼ ਤੋਂ ਹੀ ਫੈਲਦੀ ਹੈ ਉਹਦੇ ਸੰਪਰਕ ਦੇ ਵਿੱਚ ਆਉਣ ਦੇ ਨਾਲ, ਪਰ ਫਿਲਹਾਲ ਪਰਮਾਤਮਾ ਦਾ ਸ਼ੁਕਰ ਹੈ ਹਜੇ ਇਸ ਬਿਮਾਰੀ ਦੇ ਨਾਲ ਕੋਈ ਵੀ ਮੌਤ ਨਹੀਂ ਹੋਈ। ਜੇਕਰ ਤੁਹਾਨੂੰ ਮਕਾਨ ਦੀ ਜ਼ਰੂਰਤ ਆ ਤਾਂ ਇੱਕ ਐਪਲੀਕੇਸ਼ਨ ਆ ਸਕਰੀਨ ਦੇ ਉੱਪਰ ਲਿਖਿਆ ਵਾ ਆ ਰਿਹਾ ਆ Airbnb, ਤੁਸੀਂ ਇਹਦੇ 'ਤੇ ਐਪਲੀਕੇਸ਼ਨ ਤੁਸੀਂ ਇੰਸਟਾਲ ਕਰਨੀ ਆ। ਤੁਸੀਂ ਕਿਤੇ ਵੀ ਘੁੰਮਣ ਜਾਂਦੇ ਹੋ ਜਾਂ ਤੁਸੀਂ ਕੰਮ ਕਰਨ ਜਾਂਦੇ ਹੋ, ਮੰਨ ਲਓ ਆਊਟਪੈਰ ਤੁਸੀਂ ਕੰਮ ਕਰਨ ਜਾਂਦੇ ਹੋ, ਤੁਸੀਂ ਹੋਟਲ ਲੈਣ ਦੀ ਬਜਾਏ ਤੁਸੀਂ ਇਸ ਐਪਲੀਕੇਸ਼ਨ ਦੇ ਰਾਹੀਂ ਕਿਸੇ ਦੇ ਘਰ ਦੇ ਵਿੱਚ ਕਮਰਾ ਬੁੱਕ ਕਰ ਸਕਦੇ ਹੋ। ਜੇਕਰ ਹੋਟਲ ਤੁਹਾਨੂੰ 50 ਜਾਂ 60 ਯੂਰੋ ਦੇ ਵਿੱਚ ਮਿਲਦਾ ਤਾਂ ਕਿਸੇ ਦੇ ਘਰ ਦੇ ਵਿੱਚ ਕਮਰਾ ਤੁਹਾਨੂੰ 20 ਜਾਂ 30 ਯੂਰੋ ਦੇ ਵਿੱਚ ਇਸ ਐਪਲੀਕੇਸ਼ਨ ਰਾਹੀਂ ਮਿਲ ਸਕਦਾ ਆ। ਜੇਕਰ ਤੁਹਾਡੇ ਕੋਲ ਕੋਈ ਕਮਰਾ ਫਾਲਤੂ ਪਿਆ ਤਾਂ ਤੁਸੀਂ ਇਸ ਐਪਲੀਕੇਸ਼ਨ ਦੇ ਵਿੱਚ ਆਪਣਾ ਅਕਾਊਂਟ ਬਣਾ ਕੇ ਪੈਸੇ ਵੀ ਕਮਾ ਸਕਦੇ ਹੋ, ਇੱਕ ਹੋਟਲ ਦੀ ਤਰ੍ਹਾਂ ਆਪਣੇ ਘਰ ਨੂੰ ਇਸਤੇਮਾਲ ਕਰ ਸਕਦੇ ਹੋ। ਕਰਨਾ ਕੀ ਹੁੰਦਾ, Airbnb ਵਾਲੇ ਜਿਹੜੇ ਕਿ ਗੈਸਟ ਹੁੰਦੇ ਨੇ ਉਹਨਾਂ ਨੂੰ ਇੱਕ ਯਾਨੀ ਕਿ ਬਾਥਰੂਮ ਤਾਂ ਸਾਂਝਾ ਸੈਪਰੇਟ ਹੀ ਯਾਨੀ ਸੈਪਰੇਟ ਨਹੀਂ ਦੇਣ ਦੀ ਲੋੜ, ਜੇ ਸੈਪਰੇਟ ਹੈਗਾ ਤਾਂ ਵਧੀਆ ਗੱਲ ਆ, ਜੇਕਰ ਤੁਸੀਂ ਜਿਹੜਾ ਤੁਸੀਂ ਯੂਜ਼ ਕਰਦੇ ਹੋ ਉਹ ਵੀ ਯੂਜ਼ ਕਰਵਾ ਸਕਦੇ ਹੋ। ਕੋਈ ਚੱਕਰ ਨਹੀਂ, ਕਿਚਨ ਜਿਹੜੀ ਉਹ ਸ਼ੇਅਰਿੰਗ ਹੁੰਦੀ ਹੈ, ਚਾਹੇ 2 ਦਿਨ ਰਹੇ ਚਾਹੇ 4 ਦਿਨ ਰਹੇ, ਉਹਨੇ ਜਿਹੜੀ ਪੇਮੈਂਟ ਆ Airbnb ਵਾਲਿਆਂ ਨੂੰ ਕਰ ਦੇਣੀ, ਉਹਨਾਂ ਨੂੰ ਤੁਹਾਡੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਦੇਣੀ ਆ। ਜੇਕਰ ਤੁਸੀਂ ਕਮਰਾ ਲੱਭਣਾ ਤੁਸੀਂ ਇਹਦੇ 'ਤੇ ਵੀ ਲੱਭ ਸਕਦੇ ਹੋ, ਬਹੁਤ ਸਾਰੇ ਸਟੂਡੈਂਟ ਜਿਹੜੇ ਕਿ Airbnb 'ਤੇ ਕਮਰੇ ਲੱਭ ਕੇ ਉੱਥੇ ਰਹਿੰਦੇ ਨੇ। ਹੁਣ ਆਪਾਂ ਗੱਲ ਕਰਾਂਗੇ
ਗਰੁੱਪਾਂ ਦੀ, ਗਰੁੱਪਾਂ ਦੇ ਵਿੱਚ ਤੁਹਾਨੂੰ ਪਤਾ ਹੀ ਕਿ 9 ਤੋਂ 10 ਗਰੁੱਪ ਹੁਣ ਬਣ ਚੁੱਕੇ ਨੇ ਫਰਾਂਸ ਦੇ ਵਿੱਚ ਟੋਟਲ। ਇੱਕ ਗਰੁੱਪ ਮੇਰੇ ਕੋਲ ਸਪੈਸ਼ਲ ਭੈਣਾਂ ਦਾ, ਜੇਕਰ ਕਿਸੇ ਭੈਣ ਨੇ ਗਰੁੱਪ ਨਹੀਂ ਜੁਆਇਨ ਕੀਤਾ ਹਜੇ ਤੱਕ ਤਾਂ ਉਹ ਸਕਰੀਨ ਦੇ ਉੱਪਰ ਮੇਰਾ ਨੰਬਰ ਲਿਖਿਆ ਆ ਰਿਹਾ, ਮੈਨੂੰ ਮੈਸੇਜ ਕਰ ਦਿਓ, ਮੈਂ ਤੁਹਾਨੂੰ ਜਿਹੜਾ ਕਿ ਗਰੁੱਪ ਦੇ ਵਿੱਚ ਐਡ ਕਰ ਦੂੰਗਾ। ਹਾਂ, ਜੇਕਰ ਕੋਈ ਮੇਰਾ ਵੀਰ ਕੰਮ ਦੇ ਉੱਪਰ ਲਵਾ ਸਕਦਾ ਆ, ਬਹੁਤ ਸਾਰੀਆਂ ਭੈਣਾਂ ਹੁਣ ਤੱਕ ਯਾਨੀ ਕਿ 100 ਤੋਂ ਪਲੱਸ ਜਿਹੜੀਆਂ ਕਿ ਨੰਬਰ ਐਡ ਹੋ ਚੁੱਕੇ ਨੇ, ਜੇਕਰ ਕੋਈ ਕੰਮ ਦੇ ਉੱਪਰ ਲਵਾ ਸਕਦਾ ਆ, ਕਿਸੇ ਕੋਲ ਕੋਈ ਹੈਗਾ ਵੀ ਪਾਵਰ ਹੈਗੀ ਆ ਨਾ, ਪਾਵਰ ਕਹਿੰਦਾ ਕੋਈ ਕਿਸੇ ਦੇ ਲਿੰਕ ਹੈਗੇ ਆ, ਕੋਈ ਫੈਕਟਰੀ ਦੇ ਵਿੱਚ ਲਵਾ ਸਕਦਾ, ਜਾਂ ਕੋਈ ਬਿਊਟੀ ਪਾਰਲਰ ਦਾ ਕੰਮ ਹੈਗਾ, ਜਾਂ ਪ੍ਰੈਸਿੰਗ ਦਾ ਕੰਮ ਹੈਗਾ, ਜਾਂ ਘਰਾਂ ਦੇ ਵਿੱਚ ਬੱਚੇ ਸਾਂਭਣ ਦਾ ਕੰਮ ਹੈਗਾ, ਤੁਸੀਂ ਮੈਨੂੰ ਦੱਸਿਓ, ਆਪਾਂ ਇਹਨਾਂ ਭੈਣਾਂ ਦੇ ਗਰੁੱਪ ਦੇ ਵਿੱਚ ਮੈਸੇਜ ਪਾ ਦੇਵਾਂਗੇ, ਜਿਹਨੂੰ ਕੰਮ ਦੀ ਲੋੜ ਹੋਈ ਕਨੈਕਟ ਕਰ ਲਿਓ, ਕਿਉਂਕਿ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਆਏ ਸੀਗੇ ਕਿ ਭਾਜੀ ਸਾਨੂੰ ਕੰਮ ਨਹੀਂ ਲੱਭ ਰਿਹਾ, ਸਾਡੇ ਕੰਮ ਦਾ ਕੋਈ ਨਾ ਕੋਈ ਹੱਲ ਕਰੋ, ਅਤੇ ਆਪਾਂ ਲੱਭ ਰਹੇ ਹਾਂ। ਅੱਜ ਮੈਂ ਸਵੇਰੋਂ ਮੁੰਡਿਆਂ ਦੇ ਗਰੁੱਪ ਦੇ ਵਿੱਚ ਪੋਸਟ ਪਾਈ ਸੀਗੀ ਕਿ 15 ਤੋਂ 20 ਮੁੰਡਿਆਂ ਦੀ ਲੋੜ ਆ, ਜਿਨ੍ਹਾਂ ਨੂੰ ਕੋਲਾਜ ਨੈਫ ਦਾ ਕੰਮ ਆਉਂਦਾ ਆ ਅਤੇ ਬਿਊਰੋ ਦਾ ਬਿਜਲੀ ਦਾ ਕੰਮ ਆਉਂਦਾ, ਤਾਂ ਉਹ ਸੰਪਰਕ ਕਰ ਸਕਦੇ। ਬਹੁਤ ਸਾਰੇ ਵੀਰਾਂ ਨੇ ਸੰਪਰਕ ਵੀ ਕੀਤਾ ਆ, ਗਰੁੱਪਾਂ ਦਾ ਫਾਇਦਾ ਇਹ ਹੁੰਦਾ ਹੈ ਵੀ ਚਲੋ ਕੋਈ ਨਾ ਕੋਈ ਕੰਮ ਦੇ ਉੱਪਰ ਲੱਗ ਜੂਗਾ, ਜੇਕਰ ਤੁਸੀਂ ਵੀ ਕਿਸੇ ਨੂੰ ਕੰਮ ਦੇ ਉੱਪਰ ਲਵਾ ਸਕਦੇ ਹੋ, ਜੇਕਰ ਤੁਹਾਨੂੰ ਕਿਸੇ ਵਰਕ ਕਾਰੀਗਰ ਦੀ ਲੋੜ ਆ ਜਾਂ 0 ਮੀਟਰ ਨੂੰ ਤੁਸੀਂ ਕੰਮ ਦੇ ਉੱਪਰ ਲਵਾ ਸਕਦੇ, ਤੁਸੀਂ ਮੈਨੂੰ ਜ਼ਰੂਰ ਦੱਸਿਓ, ਆਪਾਂ ਗਰੁੱਪ ਦੇ ਵਿੱਚ ਨੰਬਰ ਪਾ ਕੇ ਇੱਕ ਦੂਜੇ ਦੀ ਹੈਲਪ ਕਰ ਸਕਦੇ ਹਾਂ। ਮੇਰੇ ਕੋਲ ਹੁਣ 3 ਵੀਰਾਂ ਨੇ ਮੇਰੇ ਨਾਲ ਕਨੈਕਟ ਕੀਤਾ ਸੀਗਾ, ਇੱਕ ਵੀਰ ਕਹਿੰਦਾ ਕਿ ਮੇਰੇ ਉਹਨਾਂ ਕੋਲ 4 ਪੀਸ ਮਕਾਨ ਆ, 3 ਪੀਸ ਦੇ ਵਿੱਚ ਉਹ ਆਪ ਰਹਿੰਦੇ ਅਤੇ 1 ਕਮਰਾ ਜਿਹੜਾ ਕਿ ਉਹਨਾਂ ਦਾ ਖਾਲੀ ਆ, ਉਹਦੇ ਵਿੱਚ ਕਹਿੰਦੇ ਜਾਂ ਤਾਂ ਸਾਨੂੰ ਕੋਈ ਫੈਮਿਲੀ ਮਿਲ ਜਾਵੇ ਰਹਿਣ ਵਾਲੀ, ਗੁਰਸਿੱਖ ਫੈਮਿਲੀ ਆ ਜਿਹੜੀ ਕਿ 4 ਪੀਸ ਮਕਾਨ ਦੇ ਵਿੱਚ ਰਹਿੰਦੀ ਆ, ਸਰਸਲ ਦੇ ਏਰੀਏ ਦੇ ਵਿੱਚ ਮਕਾਨ ਆ, ਬਿਜਲੀ ਪਾਣੀ ਸਾਰਾ ਕੁਛ ਵਿੱਚ ਆ, 400 ਯੂਰੋ ਰੈਂਟ ਆ, ਕਿਚਨ ਸ਼ੇਅਰਿੰਗ ਆ, ਬਾਥਰੂਮ ਟੋਇਲਟ ਵੀ ਸ਼ੇਅਰਿੰਗ ਆ। ਦੂਜਾ ਹੈਗਾ ਜੀ ਪਾਵੀਓ ਆ, 3 ਪੀਸ 94 ਦੇ ਏਰੀਏ ਦੇ ਵਿੱਚ, ਪਾਕਿਸਤਾਨੀ ਪਤਰੂਨ ਆ ਪਾਵੀਓ ਦਾ, ਉਹ ਵੀ ਫੈਮਿਲੀ ਵਾਸਤੇ ਹੀ ਅਲਾਊਡ ਆ। ਇੱਕ ਮਕਾਨ ਹੋਰ ਆ, ਉਹ 93 ਦੇ ਏਰੀਏ ਦੇ ਵਿੱਚ ਆ, ਉਹ ਸਟੂਡੀਓ 18 ਮਿਤਕਾਰੇ ਅਤੇ ਉਹਦਾ ਜਿਹੜਾ ਕਿਰਾਇਆ ਹੈਗਾ ਜੀ 500 ਯੂਰੋ ਕਿਰਾਇਆ, ਬਿਜਲੀ ਪਾਣੀ ਸਾਰਾ ਕੁਛ ਵਿੱਚ ਹੀ ਹੈ। ਜੇਕਰ ਕੋਈ ਇੰਟਰਸਟਡ ਹੋਇਆ ਤਾਂ ਤੁਸੀਂ ਮੈਨੂੰ ਵਟਸਐਪ ਦੇ ਉੱਪਰ ਮੈਸੇਜ ਕਰਨਾ, ਕਿਸੇ ਵੀਰ ਨੇ ਕਾਲ ਨਹੀਂ ਕਰਨੀ। ਜੇਕਰ ਤੁਹਾਡੇ ਕੋਲ ਵੀ ਕੋਈ ਮਕਾਨ ਹੈਗਾ ਤੁਸੀਂ ਕਿਰਾਏ 'ਤੇ ਚੜ੍ਹਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਦੱਸ ਦਿਓ, ਆਪਾਂ ਖਬਰਾਂ ਦੇ ਵਿੱਚ ਬੋਲ ਦੇਵਾਂਗੇ। ਚਲੋ ਕਿਸੇ ਨਾ ਕਿਸੇ ਆਪਣੇ ਪੰਜਾਬੀ ਭਰਾ ਦਾ ਫਾਇਦਾ ਹੋ ਜੂਗਾ, ਆਪਾਂ ਜੇਕਰ ਮੈਂ ਗਰੁੱਪ ਬਣਾਇਆ ਤਾਂ ਹੁਣ ਇਹਨਾਂ ਚੀਜ਼ਾਂ ਦਾ ਫਾਇਦਾ ਹੋਵੇ ਵੱਧ ਤੋਂ ਵੱਧ ਲੋਕਾਂ ਨੂੰ, ਕਿਉਂਕਿ ਆਪਾਂ ਹਰ ਇੱਕ ਨੂੰ ਕੰਮ ਦੇ ਉੱਪਰ ਵੀ ਲਵਾਉਣਾ ਆ, ਹਰ ਇੱਕ ਦੀ ਪ੍ਰੋਬਲਮ ਵੀ ਸੋਲਵ ਕਰਨੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਇਹ ਮੁੰਡੇ ਦਾ ਕਿਸੇ ਨੂੰ ਫਾਇਲ ਤਿਆਰ ਕਰਨੀ ਜਾਂ ਕੋਈ ਵੀ ਸਲਾਹ ਲੈਣੀ, ਤੁਸੀਂ ਉੱਧਰ ਮੁੰਡੇ ਨੂੰ ਫੋਨ ਲਾ ਕੇ ਤੁਸੀਂ ਜਿਹੜੀ ਕਿ ਸਲਾਹ ਲੈ ਸਕਦੇ ਵੀਰ ਤੋਂ। ਅਤੇ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਤੇ ਲਾਈਕ ਜ਼ਰੂਰ ਕਰ ਦਿਓ, ਅਤੇ ਵੱਧ ਤੋਂ ਵੱਧ ਵੀਡੀਓ ਨੂੰ ਆਪਣੇ ਫੇਸਬੁੱਕ ਦੀਆਂ ਆਈਡੀਆਂ 'ਚ ਜ਼ਰੂਰ ਪਾ ਦਿਆ ਕਰੋ, ਵਟਸਐਪ 'ਤੇ ਸਟੇਟਸ ਪਾ ਦਿਆ ਕਰੋ, ਕਿਉਂਕਿ ਕਿਸੇ ਨਾ ਕਿਸੇ ਦਾ ਫਾਇਦਾ ਹੋ ਜੂਗਾ। ਮਿਲਦੇ ਹਾਂ ਜੀ ਕੱਲ੍ਹ ਨੂੰ ਨਵੀਂ ਜਾਣਕਾਰੀ ਦੇ ਨਾਲ, ਆਪਣਾ ਖਿਆਲ ਰੱਖੋ, ਸਤਿ ਸ਼੍ਰੀ ਅਕਾਲ।